ਫਤਿਹਗੜ੍ਹ ਸਾਹਿਬ ਦੇ ਪਿੰਡ ਮਲਕਪੁਰ ਵਿਖੇ ਤਿੰਨ ਭੈਣਾਂ ਨਾਲ ਬਹੁਤ ਹੀ ਅਜੀਬ ਤੇ ਦੁਖਦ ਘਟਨਾ ਵਾਪਰ ਰਹੀ ਹੈ। ਇਹ ਤਿੰਨ ਭੈਣਾਂ 12 ਸਾਲ ਦੀ ਉਮਰ ਤੱਕ ਤਾਂ ਸਹੀ ਸਲਾਮਤ ਤੇ ਹੱਸਦੀਆਂ ਖੇਡਦੀਆਂ ਸਨ, ਪਰ 12 ਸਾਲ ਦੀ ਉਮਰ ਪਾਰ ਕਰਦੇ ਹੀ ਇਹਨਾਂ ਦੇ ਸਰੀਰ ਦਾ ਨਿਚਲਾ ਹਿੱਸਾ ਅਪਾਹਿਜ ਹੋ ਗਿਆ ਤੇ ਇਹ ਭੈਣਾਂ ਹੁਣ ਹੱਥਾਂ ਦੇ ਸਹਾਰੇ ਤੁਰਨ ਲਈ ਮਜਬੂਰ ਤੇ ਇੱਕ ਭੈਣ ਦੇ ਹੱਥਾਂ ਦੀਆਂ ਲਕੀਰਾਂ ਮਿਟਣ ਕਾਰਨ ਉਸਦਾ ਆਧਾਰ ਕਾਰਡ ਵੀ ਨਹੀਂ ਬਣ ਸਕਿਆ, ਜਿਸ ਕਰਕੇ ਉਹ ਸਰਕਾਰੀ ਸਹੂਲਤਾਂ ਤੇ ਆਰਥਿਕ ਮਦਦ ਲੈਣ ਤੋਂ ਵੀ ਵਾਂਝੇ। ਇਸ ਮੌਕੇ ਕੁਲਜੀਤ ਕੌਰ ਨੇ ਕਿਹਾ ਕਿ ਉਹ 12 ਸਾਲ ਤੱਕ ਦੀ ਉਮਰ ਤੱਕ ਤਾਂ ਠੀਕ ਸੀ, ਪਰ ਇਸ ਤੋਂ ਬਾਅਦ ਉਸਦੇ ਸਰੀਰ ਦਾ ਨਿਚਲਾ ਹਿੱਸਾ ਨਕਾਰਾ ਹੋ ਗਿਆ। ਉਸਨੇ ਆਪਣਾ ਬਹੁਤ ਇਲਾਜ ਕਰਵਾਇਆ ਪਰ ਉਹ ਠੀਕ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਵੱਲੋਂ ਪਿਛਲੇ ਕਰੀਬ 2.5 ਸਾਲਾਂ ਤੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਆਰਥਿਕ ਸਹਾਇਤਾ ਤੇ ਰਾਸ਼ਨ ਦਿੱਤਾ ਜਾ ਰਿਹਾ ਹੈ, ਜਿਸ ਦੇ ਲਈ ਉਹ ਉਹਨਾਂ ਦੇ ਲਈ ਧੰਨਵਾਦੀ ਹਨ। ਮੇਰਾ ਨਾਮ ਕੁਲਜੀਤ ਕੌਰ ਹੈ ਜੀ, 12 ਸਾਲ ਤੋਂ ਜੀ। ਅੱਛਾ ਜੀ, ਕਿਤੋਂ ਲਾਜ ਨੇ ਆਏ? ਬਹੁਤ ਵਧੀਆ ਮਦਦ ਕਰਦੇ ਜੀ, ਸਾਡੀ ਹਰ ਇੱਕ ਚੀਜ਼ ਸਾਨੂੰ ਲਿਆ ਕੇ ਦਿੰਦੇ ਜਿਹਦੀ ਸਾਨੂੰ ਜ਼ਰੂਰਤ ਹੁੰਦੀ ਹੈ। ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਪਹਿਲਾਂ 18 ਸਾਲ ਤੱਕ ਤਾਂ ਅਸੀਂ ਤੁਰਦੇ ਰਹੇ, ਉਹ ਤੋਂ ਬਾਅਦ ਪਤਾ ਨਹੀਂ ਜੀ, ਸਾਨੂੰ ਕੁਛ ਨਹੀਂ ਪਤਾ ਹੈਗਾ। ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਬੈਠਣਾ ਸ਼ੁਰੂ ਹੋ ਗਿਆ ਜੀ। PGI ਵਿੱਚ ਇਲਾਜ ਕਰਾਇਆ ਕੈਨੇਡਾ ਤੋਂ ਭੈਣਾਂ, ਉਹਨੇ ਇਲਾਜ ਕਰਵਾਇਆ ਪਰ ਕੋਈ ਬਿਮਾਰੀ ਨਹੀਂ ਆਈ ਹੈਗੀ। ਨਹੀਂ, ਸਰਕਾਰ ਵੱਲੋਂ ਤਾਂ ਨਹੀਂ ਵੀ ਰਹੀ। ਜਿਹੜੀ ਫਤਿਹਗੜ੍ਹ ਤੋਂ ਜੋ ਵੀਰ ਆਉਂਦੇ ਨੇ, ਇਹਨਾਂ ਸਾਡੀ ਮਦਦ 2 ਸਾਲ ਹੋ ਗਏ, 2-2.5 ਸਾਲ ਹੋ ਗਏ ਸਾਡੀ ਮਦਦ ਇਹ ਕਰਦੇ ਨੇ। ਪਿੰਡ ਮਲਕਪੁਰ ਦੇ ਵਿੱਚ ਇੱਕੋ ਪਰਿਵਾਰ ਦੀਆਂ ਜਿਹੜੀਆਂ 3 ਲੜਕੀਆਂ ਹੈਂਡੀਕੈਪਟ ਨੇ, ਉਸ ਪਰਿਵਾਰ ਦੇ ਨਾਲ ਜਿਹੜਾ ਜਿੱਥੇ ਨਵੇਂ ਸਾਲ ਦੀ, ਇਹਨਾਂ ਨੇ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ। ਉੱਥੇ ਅਸੀਂ ਅੱਜ ਨਵੇਂ ਸਾਲ ਵਾਲੇ ਦਿਹਾੜੇ ਦੇ ਉੱਤੇ, ਜਿੱਥੇ ਪਿਛਲੇ ਲੰਮੇ ਸਮੇਂ ਤੋਂ ਸਾਡੀ ਦੀ ਫਤਿਹਗੜ੍ਹ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਸੀਨੀਅਰ ਆਗੂ ਸਾਡੇ ਬਲਵਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਨਵੀਪੁਰ, ਮਨਜੀਤ ਸਿੰਘ ਅੰਬਾਲਾ ਅਤੇ ਹੋਰ ਇਹਨਾਂ ਦੇ ਸਹਿਯੋਗੀ ਨਾਲ ਹੋ ਕੇ ਸਾਰੇ ਜਿਹੜੇ ਇੱਥੇ ਤਕਰੀਬਨ 2 ਸਾਲ ਤੋਂ ਲਗਾਤਾਰ ਇਸ ਪਰਿਵਾਰ ਦੀ ਜਿਹੜੀ ਸਾਰੀ ਮਾਲੀ ਮਦਦ ਜਿਹੜੀ ਕਰ ਰਹੇ ਨੇ। ਪਰ ਮੈਂ ਸਮਝਦਾ ਸਾਨੂੰ ਇਸ ਤਰੀਕੇ ਨਾਲ ਜਿਹੜੇ ਸਾਡੇ ਜ਼ਰੂਰਤਮੰਦ ਪਰਿਵਾਰ ਨੇ, ਕਿਉਂਕਿ ਇਸ ਪਰਿਵਾਰ ਦੇ ਵਿੱਚ ਜਿੱਥੇ 10-12 ਮੈਂਬਰ ਨੇ, ਉੱਥੇ 3 ਲੜਕੀਆਂ ਜਿਹੜੀਆਂ ਬਾਹਰ ਜਾ ਨਹੀਂ ਸਕਦੀਆਂ, ਤੁਰ ਫਿਰ ਨਹੀਂ ਸਕਦੀਆਂ, ਬਿਲਕੁਲ ਲੱਤਾਂ ਤੋਂ ਅਪਾਹਜ ਨੇ। ਸੋ ਔਰ ਇੱਥੋਂ ਤੱਕ ਹੈ ਕਿ ਜਿਹੜਾ ਆਧਾਰ ਕਾਰਡ ਹੈ, ਅਸੀਂ ਪਿੱਛੇ ਜੇ ਆਧਾਰ ਕਾਰਡ 2 ਲੜਕੀਆਂ ਦੇ ਬਣਾਏ ਨੇ, ਇੱਕ ਲੜਕੀ ਦਾ ਜਿਹੜਾ ਆਧਾਰ ਕਾਰਡ ਵੀ ਨਹੀਂ ਬਣ ਸਕਦਾ, ਕਿਉਂਕਿ ਉਹਨੇ ਕਦੇ ਜ਼ਿੰਦਗੀ 'ਚ ਕੋਈ ਕੰਮ ਨਹੀਂ ਕੀਤਾ, ਉਹਦੇ ਜਿਹੜੇ ਫਿੰਗਰ ਨੇ, ਹੱਥ ਪ੍ਰਿੰਟ ਨੇ ਜਿਹੜੇ, ਪ੍ਰਿੰਟ ਨਹੀਂ ਆਏ, ਇਸ ਕਰਕੇ ਉਹਦਾ ਆਧਾਰ ਕਾਰਡ ਵੀ ਨਹੀਂ ਹਲੇ ਤੱਕ ਬਣ ਸਕਿਆ। ਜਦੋਂ ਕੋਈ ਆਧਾਰ ਕਾਰਡ ਨਹੀਂ ਬਣ ਸਕਦਾ, ਕੋਈ ਵੀ ਸਰਕਾਰ ਦੀ ਜਿਹੜੀ ਸਹੂਲਤ ਹੈ ਇਹ ਲੈ ਨਹੀਂ ਸਕਦੇ। ਇਸ ਕਰਕੇ ਅਸੀਂ ਆਪਣੇ ਤੌਰ 'ਤੇ ਸੋਸਾਇਟੀ ਵੱਲੋਂ ਸਾਡੇ ਜਿਹੜੇ ਮੈਂਬਰ ਨੇ ਆਪਣੇ ਤੌਰ 'ਤੇ ਜਿਹੜੇ ਇਹਨਾਂ ਦੀ ਮਦਦ ਅਸੀਂ ਕਰਨ ਆਉਂਦੇ ਹਾਂ।